ਸਤਿ ਸ਼੍ਰੀ ਅਕਾਲ ਜੀ ਐਂਡ ਹੈਲੋ ਟੂ ਐਵਰੀਵਨ। ਵੈਲ, ਆਸਟ੍ਰੇਲੀਆ ਦੇ ਦੋ ਇੰਪੋਰਟੈਂਟ ਸਵਾਲ ਜਿਹੜੇ ਸਾਨੂੰ ਫੇਸਬੁੱਕ 'ਤੇ ਪੁੱਛੇ ਗਏ, ਜਸਟ ਵਾਂਟ ਟੂ ਇਲੈਬੋਰੇਟ ਔਨ ਦੈਟ। ਪਹਿਲਾ ਸਵਾਲ, ਜਦ ਮੈਂ ਐਡਮਿਸ਼ਨ ਅਪਲਾਈ ਕਰਦਾ ਤਾਂ ਜੀ ਟੀ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਚੀਜ਼ਾਂ ਮੈਨੂੰ ਧਿਆਨ 'ਚ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਜਦ ਮੇਰਾ ਕੱਲ੍ਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਾ ਟਾਈਮ ਆਵੇ, ਮੈਂ ਪੀ ਆਰ ਦੀ ਐਪਲੀਕੇਸ਼ਨ ਜਾਂ ਪੀ ਆਰ ਦੀ ਲਾਈਨ ਦੇ ਵਿੱਚ ਕਿਵੇਂ ਲੱਗਾਂ। ਤਾਂ ਸਭ ਤੋਂ ਪਹਿਲੀ ਚੀਜ਼, ਜਿਹੜਾ ਵੀ ਤੁਹਾਡਾ ਕੋਰਸ ਤੁਸੀਂ ਸਿਲੈਕਟ ਕੀਤਾ ਹੈ ਉਹਦੀ ਘੱਟੋ ਘੱਟ ਡਿਊਰੇਸ਼ਨ 2 ਸਾਲ ਹੋਣੀ ਚਾਹੀਦੀ ਹੈ, ਵਿਚ ਇਜ਼ ਰਜਿਸਟਰਡ ਪ੍ਰੋਗਰਾਮ ਇਨ ਕ੍ਰੈਕੋਸ। ਜਿਹੜਾ ਕਿ ਪ੍ਰੋਗਰਾਮ 2 ਸਾਲ ਤੋਂ ਘੱਟ ਰਜਿਸਟਰਡ ਹੈ, ਤੁਹਾਨੂੰ ਆਸਟ੍ਰੇਲੀਅਨ ਸਟੱਡੀ ਦੇ ਪੁਆਇੰਟ ਨਹੀਂ ਦਵਾਏਗਾ। ਹੁਣ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ, ਤੁਹਾਡਾ ਕੋਰਸ 2 ਸਾਲ ਦਾ ਹੋ ਸਕਦਾ, ਪਰ ਤੁਸੀਂ ਜੇ ਉਹਨੂੰ ਫਾਸਟ ਟਰੈਕ 'ਤੇ ਖਤਮ ਕਰਨਾ ਚਾਹੁੰਦੇ ਹੋ ਤਾਂ ਮਿਨੀਮਮ ਟਾਈਮ ਡਿਊਰੇਸ਼ਨ ਜਿਹੜਾ ਹੈ 16 ਮਹੀਨੇ ਦਾ ਹੋਣਾ ਹੀ ਚਾਹੀਦਾ। ਇਹ ਤੁਹਾਨੂੰ ਕਿਵੇਂ ਇੰਪੈਕਟ ਕਰੇਗਾ? ਫੋਰ ਐਗਜ਼ਾਮਪਲ, ਤੁਸੀਂ ਇੱਥੋਂ ਐਮ ਸੀ ਏ ਕੀਤੀ ਹੈ ਐਂਡ ਗੋਇੰਗ ਫਾਰ ਏ ਮਾਸਟਰਸ ਆਫ ਆਈ ਟੀ ਪ੍ਰੋਗਰਾਮ ਔਰ ਐਨੀ ਸਪੈਸ਼ਲਾਈਜੇਸ਼ਨ, ਤੁਸੀਂ ਦੇਖਦੇ ਹੋ ਉੱਥੇ 16 ਸਬਜੈਕਟਾਂ ਦੇ ਵਿੱਚੋਂ ਤੁਸੀਂ 8 ਸਬਜੈਕਟ ਇੰਡੀਆ 'ਚ ਪੜ੍ਹੇ ਹੈ ਐਂਡ ਤੁਸੀਂ ਉਹਦੀ ਐਗਜ਼ੰਪਸ਼ਨ ਲੈ ਸਕਦੇ ਹੋ। ਦੈਟ ਮੀਨ ਰਿਕਗਨੀਸ਼ਨ ਆਫ ਪ੍ਰਾਇਰ ਲਰਨਿੰਗ, ਮੈਂ ਆਲਰੇਡੀ ਪੜ੍ਹਿਆ ਹੋਇਆ, ਮੈਨੂੰ ਉਹ ਦੁਬਾਰਾ ਪੜ੍ਹਨ ਦੀ ਲੋੜ ਨਹੀਂ, ਜਿਹੜਾ ਕਿ ਇੱਕ ਪ੍ਰੋਵੀਜ਼ਨ ਹੈ ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਦਾ। ਅਤੇ ਤੁਸੀਂ ਉਹ ਕੋਰਸ ਨੂੰ 8 ਸਬਜੈਕਟਾਂ ਦੀ ਐਗਜ਼ੰਪਸ਼ਨ ਲੈ ਕੇ 1 ਸਾਲ 'ਚ ਖਤਮ ਕਰ ਲੈਂਦੇ ਹੋ ਕੋਰਸ ਨੂੰ, ਤੁਸੀਂ ਐਲੀਜੀਬਲ ਨਹੀਂ ਹੋਵੋਗੇ ਆਪਣੇ ਨੈਕਸਟ ਸਟੈਪ ਪੀ ਆਰ ਵਾਸਤੇ। ਤਾਂ ਤੁਹਾਡਾ ਕੋਰਸ ਡਿਊਰੇਸ਼ਨ ਘੱਟੋ ਘੱਟ 16 ਮਹੀਨੇ ਚੱਲਣਾ ਚਾਹੀਦਾ। 8 ਸਬਜੈਕਟਾਂ ਦਾ ਐਗਜ਼ਾਮਪਲ ਮੈਂ ਇਸ ਲਈ ਦਿੱਤਾ ਕਿਉਂਕਿ 1 ਸਾਲ ਦੇ ਵਿੱਚ ਤੁਸੀਂ 8 ਸਬਜੈਕਟ ਕਰਦੇ ਹੋ, ਵਿਚ ਇਜ਼ ਡਿਸਟ੍ਰੀਬਿਊਟਡ ਇਨ ਟੂ 2 semesters ਔਫ 4 subjects ਈਚ। ਇੰਪੋਰਟੈਂਟ ਹੈ ਤੁਹਾਡੇ ਵਾਸਤੇ ਜਾਣਨਾ। ਸੈਕਿੰਡ ਆਸਪੈਕਟ ਜਿਹੜਾ ਕਿ ਇੰਪੋਰਟੈਂਟ ਹੈ ਐਜ਼ ਐਨ ਐਪਲੀਕੈਂਟ, ਜਿਹੜਾ ਤੁਸੀਂ ਕੋਰਸ ਕਰਨ ਜਾ ਰਹੇ ਹੋ, ਇਟ ਸ਼ੁੱਡ ਬੀ ਰਿਕਗਨਾਈਜ਼ਡ ਵਿਦ ਦ ਪ੍ਰੋਫੈਸ਼ਨਲ ਬਾਡੀ ਇਨ ਆਸਟ੍ਰੇਲੀਆ, ਵਿਚ ਆਟੋਮੈਟਿਕਲੀ ਵਿਲ ਗਿਵ ਰਿਕਗਨੀਸ਼ਨ ਐਂਡ ਇਨ ਜੋਬ ਮਾਰਕੀਟ। ਫੋਰ ਐਗਜ਼ਾਮਪਲ, ਤੁਸੀਂ ਆਈ ਟੀ ਦੀ ਕੋਈ ਵੀ ਡਿਗਰੀ ਕਰਦੇ ਹੋ, ਉਹਦੀ ਰਿਕਗਨੀਸ਼ਨ ਏ ਸੀ ਐੱਸ, ਦੈਟ ਇਜ਼ ਆਸਟ੍ਰੇਲੀਅਨ ਕੰਪਿਊਟਰ ਸੋਸਾਇਟੀ ਵੱਲੋਂ ਹੋਣੀ ਚਾਹੀਦੀ ਹੈ। ਤੁਸੀਂ ਇੰਜੀਨੀਅਰਿੰਗ ਦੀ ਕੋਈ ਵੀ ਡਿਗਰੀ ਕਰਦੇ ਹੋ, ਉਹਦੀ ਰਿਕਗਨੀਸ਼ਨ ਇੰਜੀਨੀਅਰਿੰਗ ਆਸਟ੍ਰੇਲੀਆ ਵੱਲੋਂ ਹੋਣੀ ਚਾਹੀਦੀ ਹੈ। ਤੁਸੀਂ ਕੋਈ ਡਿਗਰੀ ਕਰਦੇ ਹੋ ਜਿਹਦੀ ਕਿ ਪ੍ਰੋਫੈਸ਼ਨਲ ਰਿਕਗਨੀਸ਼ਨ ਨਹੀਂ ਹੈਗੀ, ਐਂਡ ਇਟ ਜਸਟ ਏ ਡਿਗਰੀ ਦੈਟ ਮੇ ਨਾਟ ਔਰ ਵਿਲ ਨਾਟ ਗਿਵ ਯੂ ਐਕਰੀਡੀਸ਼ਨ ਇਨ ਦਾ ਜੋਬ ਮਾਰਕੀਟ, ਐਂਡ ਉਹ ਤੁਹਾਡੇ ਪੀ ਆਰ ਦੇ ਪੁਆਇੰਟ ਦੇ ਵਿੱਚ ਕਿਤਨਾ ਕਿਤੇ ਫਲੋ ਲੈ ਕੇ ਆਏਗੀ। ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇ ਦਿੰਦਾ, ਇੱਥੇ ਇੰਡੀਆ ਦੇ ਵਿੱਚ ਜਿਹੜੀ ਨਰਸਿੰਗ ਰਜਿਸਟਰਡ ਕਰਾਉਂਦੀਆਂ ਨੇ ਉਹ ਜਾਂ ਤੁਹਾਡਾ ਜੀ ਐੱਨ ਐੱਮ ਹੈ ਜਾਂ ਬੈਚਲਰਸ ਕੋਰਸਿਸ ਹੈ। ਮਾਸਟਰਸ ਆਫ ਨਰਸਿੰਗ ਇਹ ਅਡੀਸ਼ਨਲ ਕੁਆਲੀਫਿਕੇਸ਼ਨ ਹੈ, ਔਰ ਐਨੀ ਪੀ ਜੀ ਡਿਪਲੋਮਾ ਇਹ ਅਡੀਸ਼ਨਲ ਕੁਆਲੀਫਿਕੇਸ਼ਨ ਹੈ, ਬਟ ਤੁਹਾਨੂੰ ਰਜਿਸਟਰਡ ਰਜਿਸਟ੍ਰੇਸ਼ਨ ਵਾਲੇ ਪਾਸੇ ਨਹੀਂ ਲੈ ਕੇ ਜਾਂਦੀਆਂ, ਬਿਕੋਜ਼ ਇਟ ਇਜ਼ ਅਸਿਊਮਡ ਦੈਟ ਇਹ ਕੋਰਸਿਸ ਕਰਨ ਤੋਂ ਪਹਿਲਾਂ ਤੁਸੀਂ ਆਰ ਐੱਨ ਹੋਵੋਗੇ ਇੰਡੀਆ ਦੇ ਵਿੱਚ। ਉਸੇ ਤਰੀਕੇ ਨਾਲ ਤੁਸੀਂ ਇੱਥੋਂ ਐੱਮ ਸੀ ਏ ਕੀਤੀ ਹੈ, ਬੀ ਸੀ ਏ ਕੀਤੀ ਹੈ, ਐੱਮ ਕੋਮ ਕੀਤੀ ਹੈ, ਵਿਚ ਐਵਰ ਕੋਰਸ ਯੂ ਹੈਵ ਡਨ, ਨੈਕਸਟ ਕੋਰਸ ਆਫ ਐਕਸ਼ਨ ਜਿਹੜਾ ਤੁਸੀਂ ਲੈਣਾ ਹੈ ਉਹਦੀ ਪ੍ਰੋਫੈਸ਼ਨਲ ਰਿਕਗਨੀਸ਼ਨ ਹੋਣੀ ਜ਼ਰੂਰੀ ਹੈ ਪੀ ਆਰ ਦੇ ਪੁਆਇੰਟ ਵਾਸਤੇ ਐਂਡ ਤੁਹਾਡੀ ਰਿਕਗਨੀਸ਼ਨ ਵਾਸਤੇ। ਥਰਡ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼, ਜਦ ਤੁਸੀਂ ਕਿਸੇ ਕੰਸਲਟੈਂਟ ਦੇ ਆਫਿਸ ਜਾਂਦੇ ਹੋ, ਇੱਕ ਗੱਲ ਸੁਣ ਕੇ ਉਹ ਅੱਗੇ ਪਾਸ ਔਨ ਕਰਦੇ ਹੋ। ਫੋਰ ਐਗਜ਼ਾਮਪਲ, ਇੱਕ ਐੱਮ ਬੀ ਏ ਦਾ ਐਗਜ਼ਾਮਪਲ ਇੰਨਾ ਬਹੁਤ ਜ਼ਿਆਦਾ ਬੋਲਿਆ ਜਾਂਦਾ, ਐੱਮ ਬੀ ਏ ਪੀ ਆਰ ਲਿਸਟ ਨਹੀਂ ਹੈਗੀ। ਵੈਲ, ਦੇਰ ਇਜ਼ ਨੋ ਲਿਸਟ ਜਿਹਦੇ ਵਿੱਚ ਕਿ ਤੁਹਾਡੀ ਡਿਗਰੀਜ਼ ਆਉਂਦੀ ਹੋਣ, ਉਹਨਾਂ ਦੇ ਵਿੱਚ ਪ੍ਰੋਫੈਸ਼ਨ ਆਉਂਦੇ ਨੇ, ਉਹਨਾਂ ਦੇ ਵਿੱਚ ਆਕੂਪੇਸ਼ਨ ਆਉਂਦੇ ਨੇ। ਤੁਹਾਡੀ ਕੋਈ ਪੀ ਆਰ ਦੀ ਕੋਰਸ ਲਿਸਟ ਨਹੀਂ ਹੈਗੀ, ਤੁਹਾਡੀ ਪੀ ਆਰ ਦੀ ਲਿਸਟ ਹੈਗੀ ਹੈ ਜਿਹਨੂੰ ਆਪਾਂ ਐੱਸ ਓ ਐਲ ਕਹਿੰਦੇ ਹਾਂ, ਸਕਿੱਲਡ ਆਕੂਪੇਸ਼ਨ ਲਿਸਟ। ਹਰ ਕੋਰਸ, ਹਰ ਪੜ੍ਹਾਈ ਤੁਹਾਨੂੰ ਇੱਕ ਸਰਟਨ ਪ੍ਰੋਫੈਸ਼ਨ ਦੇ ਵਿੱਚ ਲੈ ਕੇ ਜਾਂਦੀ ਹੈ। ਤੁਸੀਂ ਐੱਮ ਪੀ ਏ ਕਰੋਗੇ, ਤੁਸੀਂ ਅਕਾਊਂਟਸ ਦੇ ਵਿੱਚ ਜਾਓਗੇ, ਅਕਾਊਂਟਸ ਦੇ ਵਿੱਚ 40 ਤਰੀਕੇ ਦੇ ਅਕਾਊਂਟੈਂਟ ਅੱਜ ਦੀ ਡੇਟ 'ਚ ਅਵੇਲੇਬਲ ਨੇ, ਤੁਸੀਂ ਇੰਟਰਨੈਟ 'ਤੇ ਸਰਚ ਕਰੋਗੇ। ਉਹਨਾਂ ਦੇ ਵਿੱਚ ਤੁਸੀਂ ਕਿਹੜਾ ਆਪਣਾ ਆਕੂਪੇਸ਼ਨ ਲੈਂਦੇ ਹੋ ਉਹ ਐੱਸ ਓ ਐਲ 'ਚ ਹੋਣਾ ਚਾਹੀਦਾ, ਨਾ ਕਿ ਤੁਹਾਡੀ ਐੱਮ ਪੀ ਏ ਦੀ ਡਿਗਰੀ। ਯੂ ਨੋ, ਯੂ ਹੈਵ ਟੂ ਅੰਡਰਸਟੈਂਡ ਇਟ ਥੋਰੋਲੀ ਤਾਂ ਕਿ ਤੁਹਾਡੀ ਜਰਨੀ ਓਨੀ ਸੌਖੀ ਹੋਵੇ। ਸਿਰਫ ਅੱਧੀ ਗੱਲ ਸੁਣ ਕੇ ਰਿਐਕਟ ਕਰਕੇ ਅਤੇ ਪੀ ਆਰ ਨਾ ਲੈ ਕੇ ਉਹ ਸਾਰਾ ਦਾ ਸਾਰਾ ਹੀ, ਯੂ ਨੋ, ਇਟ ਟਰਨਸ ਆਊਟ ਟੂ ਬੀ ਅ ਡਿਫਰੈਂਟ ਬਾਲ ਗੇਮ ਆਲ ਟੂਗੈਦਰ। 2-2 ਸਾਲਾਂ ਬਾਅਦ ਬੱਚਾ ਇਹ ਕਹਿੰਦਾ ਤਾਂ ਪੀ ਆਰ ਮਿਲਦੀ ਨਹੀਂ। ਵੈਲ, ਦੋ ਹੀ ਕਾਰਨ ਹੈ, ਜਾਂ ਤਾਂ ਪਹਿਲਾਂ ਆਹ 3 ਚੀਜ਼ਾਂ ਦਾ ਧਿਆਨ ਨਹੀਂ ਦਿੱਤਾ ਗਿਆ, ਦੂਸਰੀ ਚੀਜ਼ ਉਹਦੇ ਆਲਸ ਦੇ ਬੈਂਡ ਨਹੀਂ ਆਏ, ਤੀਸਰਾ ਸਭ ਤੋਂ ਇੰਪੋਰਟੈਂਟ ਫੈਕਟਰ ਜਿਹੜਾ ਮੈਂ ਹੁਣ ਦੱਸਣ ਜਾ ਰਿਹਾ, ਜਿਹੜਾ ਸੈਕਿੰਡ ਪਾਰਟ ਹੈ ਇੱਕ ਕੁਸ਼ਚਨ ਦਾ, ਕਿ ਮੈਂ ਰੀਜਨਲ ਏਰੀਆ ਦੇ ਵਿੱਚ ਜਾਵਾਂ ਜਾਂ ਮੈਟਰੋਪੋਲੀਟਨ ਸਿਟੀ ਦੇ ਵਿੱਚ ਜਾਵਾਂ। ਬਹੁਤ ਵੱਡਾ ਸਵਾਲ ਹੈ, ਬਹੁਤ ਵੱਡਾ ਕੁਸ਼ਚਨ ਮਾਰਕ ਹੈ, ਕਿਉਂਕਿ ਅੱਜ ਜਾਂ ਸਟੂਡੈਂਟ ਇੱਕ ਆਪਣਾ ਡਿਸੀਜਨ ਲੈਂਦਾ ਆਸਟ੍ਰੇਲੀਆ ਜਾਣ ਦਾ, ਉਹਦੇ ਕਿਤਨਾ ਕਿਤੇ ਇੱਕ ਡਰਾਈਵ ਹੁੰਦੀ ਹੈ ਪੀ ਆਰ ਦੀ, ਅਤੇ ਪੀ ਆਰ ਦੇ ਵਿੱਚ ਰੀਜਨਲ ਏਰੀਆ ਬਿਲਕੁਲ ਫਿੱਟ ਹੁੰਦਾ, ਮੈਨੂੰ ਐਕਸਟਰਾ ਪੁਆਇੰਟ ਹੈ, ਮੇਰੇ 5 ਸਾਲ ਦਾ ਵਰਕ ਪਰਮਿਟ ਤੱਕ ਲੱਗੇਗਾ, 3+2 ਈਅਰਸ ਔਰ 2+3 ਈਅਰਸ ਵਿੱਚ ਐਵਰ ਦਾ ਕੇਸ ਇਸ, ਬੈਚਲਰ ਔਰ ਮਾਸਟਰਸ, ਬਟ ਕੀ ਪਹਿਲੇ 3 ਸਾਲ ਜੇ ਤੁਸੀਂ ਬੈਚਲਰ ਡਿਗਰੀ ਕਰਨ ਚੱਲੇ ਹੋ ਸਸਟੇਨ ਕਰ ਪਾਓਗੇ ਉਸ ਰੀਜਨਲ ਏਰੀਆ ਦੇ ਵਿੱਚ? ਦੈਟ ਇਜ਼ ਅ ਕੁਸ਼ਚਨ। ਇਹ ਮੈਂ ਕਿਉਂ ਕਿਹਾ,
ਤੁਸੀਂ ਇੱਕ ਸਾਲ ਦੀ ਫੀਸ ਦਾ ਇੰਤਜ਼ਾਮ ਕਰਕੇ ਜਾ ਸਕਦੇ ਹੋ ਘਰੋਂ। ਸੈਕਿੰਡ ਈਅਰ ਦੀ ਆਪ ਕੱਢਣੀ ਹੈ ਔਰ ਥਰਡ ਈਅਰ ਦੀ ਆਪ ਕੱਢਣੀ ਹੈ ਜੇ ਡਿਗਰੀ ਜਾਣੇ ਪਏ ਹੋ। ਐਂਡ ਰੀਜਨਲ ਏਰੀਆ ਦੇ ਵਿੱਚ ਜਿੱਥੇ ਕਿ ਲੋ ਪਾਪੂਲੇਸ਼ਨ ਹੈ ਕਿਤੇ ਨਾ ਕਿਤੇ ਜੋਬ ਦੇ ਚਾਂਸਿਸ ਘੱਟਦੇ ਨੇ। ਹੁਣ ਛੋਟਾ ਜਿਹਾ ਐਗਜ਼ਾਮਪਲ ਦਿੰਦਾ, ਆਈ ਪਰਸਨਲੀ ਸੁਜੈਸਟ ਰੀਜਨਲ ਏਰੀਆ ਟੂ ਦੋਜ ਕੇਸਿਸ ਜਿਹੜੇ ਸਪਾਊਸ ਨਾਲ ਜਾਂਦੇ ਪਏ ਨੇ, ਕਿਉਂਕਿ ਸਪਾਊਸ ਕੇਸਿਸ ਦੀ ਡਿਊਟੀ ਪਤਾ ਕੀ ਹੁੰਦੀ ਹੈ, ਇੱਕ ਐਪਲੀਕੈਂਟ ਨੇ ਜਿਹੜਾ ਪੜ੍ਹਨ ਜਾ ਰਿਹਾ ਉਹਦੀ ਜ਼ਿੰਮੇਵਾਰੀ ਪੜ੍ਹਾਈ ਕਰਕੇ ਪੁਆਇੰਟ ਪੂਰੇ ਕਰਨ ਦੀ ਹੈ ਤਾਂ ਕਿ ਪੀ ਆਰ 'ਚ ਸੌਖ ਹੋਵੇ। ਜਿਹੜਾ ਨਾਲ ਡਿਪੈਂਡੈਂਟ ਜਾ ਰਿਹਾ ਉਹਦੀ ਰਿਸਪੋਂਸੀਬਿਲਿਟੀ ਇਮੋਸ਼ਨਲ ਐਂਡ ਫਾਈਨੈਂਸ਼ੀਅਲ ਸਪੋਰਟ ਦੇਣ ਦੀ ਹੈ। ਹੁਣ ਤੁਸੀਂ ਰੀਜਨਲ ਏਰੀਆ ਵਿੱਚ ਜਾਂਦੇ ਹੋ, ਐਜ ਅ ਸਪਾਊਸ ਤੁਹਾਡੇ ਕੋਲ 7 ਸਾਲ ਦਾ ਸਮੇਂ ਮਿਲਦਾ ਆਪਣੀ ਪੀ ਆਰ ਨੂੰ ਟਰੈਕ 'ਤੇ ਲਿਆਉਣ ਲਈ। ਮੇਨ ਐਪਲੀਕੈਂਟ ਪੜ੍ਹਦਾ ਰਹੇ, ਜਿਹੜਾ ਸਪਾਊਸ ਹੈ ਹੀ ਕੈਨ ਔਰ ਸ਼ੀ ਕੈਨ ਗੋ ਟੂ ਮੈਟਰੋ ਸਿਟੀ ਐਂਡ ਵਰਕ ਜਿੱਥੇ ਕੰਮ ਫੁੱਲ ਟਾਈਮ ਅਵੇਲੇਬਲ ਹੈਗਾ। ਰੀਜਨਲ ਏਰੀਆ ਘੱਟ ਪਾਪੂਲੇਟਡ, ਕੰਮ ਦੀ ਓਪਰਚੁਨਿਟੀਜ਼ ਘੱਟ। ਸੈਕਿੰਡ ਆਸਪੈਕਟ, ਜਦ ਤੁਹਾਡਾ ਰੀਜਨਲ ਏਰੀਆ ਦੇ ਵਿੱਚ ਤੁਹਾਡੀ ਐਜੂਕੇਸ਼ਨ ਪੂਰੀ ਹੋਈ, ਤੁਹਾਡਾ ਪੋਸਟ ਸਟੱਡੀ ਵਰਕ ਵੀਜ਼ਾ ਆਇਆ, ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਐੱਮ ਪੀ ਏ ਕੀਤੀ ਉੱਥੇ ਅਕਾਊਂਟਿੰਗ ਔਰ ਆਈ ਟੀ ਕੀਤੀ ਰਾਦਰ, ਹੁਣ ਉਹ ਰੀਜਨਲ ਏਰੀਆ ਦੇ ਵਿੱਚ ਆਈ ਟੀ ਦੀਆਂ ਜੋਬਸ ਹੀ ਨਹੀਂ ਮਿਲੀਆਂ, ਤੁਹਾਨੂੰ ਉਹ ਜੋਬ ਲੱਗਣ ਲਈ ਵੱਡੇ ਸ਼ਹਿਰ ਜਾਣਾ ਹੀ ਪੈਣਾ। ਤਾਂ ਜੇ ਸਿੰਗਲ ਬੱਚਾ ਜਾਂਦਾ, ਪਹਿਲਾ ਕੁਸ਼ਚਨ ਆਉਂਦਾ ਰੀਜਨਲ ਏਰੀਆ ਦਾ ਦੈਟ ਉਹ ਉੱਥੇ ਪਾਰਟ ਟਾਈਮ ਜੋਬ ਕਰਕੇ ਕੀ ਆਪਣੀ ਫੀਸ ਇਕੱਠੀ ਕਰ ਸਕਦਾ। ਮੈਂ ਅੱਜ ਤੱਕ ਕਿਸੇ ਨੂੰ ਨਹੀਂ ਦੇਖਿਆ ਰੀਜਨਲ ਏਰੀਆ ਦੇ ਵਿੱਚ ਸੈਕਿੰਡ ਈਅਰ ਦੀ ਫੀਸ ਇਕੱਠੇ ਕਰਦੇ ਹੋਏ $20,000 ਪਾਰਟ ਟਾਈਮ ਜੋਬ ਕਰਕੇ, ਕਿਉਂਕਿ ਦ ਜੋਬ ਇਜ਼ ਇਨ ਮੈਲਬਰਨ, ਸਿਡਨੀ, ਬ੍ਰਿਸਬੇਨ, ਪਰਥ, ਐਡਲੇਡ, ਇਹੋ ਜਿਹੇ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਕਿ ਐਕਚੁਅਲੀ ਇੰਡਸਟਰੀ ਹੈਗੀ ਹੈ ਅਤੇ ਕਾਰੋਬਾਰ ਹੈਗੇ ਆ। ਤਾਂ ਕੁਸ਼ਚਨ ਨੂੰ ਨਾ ਰੀਜਨਲ ਏਰੀਆ ਟੂ ਗੋ ਔਰ ਨੋਟ ਟੂ ਗੋ, ਮੇਰੇ ਹਿਸਾਬ ਨਾਲ ਇਕੁਏਸ਼ਨ ਦੇ ਦਿਓ। ਸਿੰਗਲ ਬੱਚਾ ਹੈ, ਰੀਜਨਲ ਏਰੀਆ ਇਜ਼ ਨੋਟ ਅ ਗੁੱਡ ਆਪਸ਼ਨ। ਸਪਾਊਸ ਕੇਸ ਹੈ, ਰੀਜਨਲ ਏਰੀਆ ਇਜ਼ ਐਨ ਐਕਸਲੈਂਟ ਆਪਸ਼ਨ, ਕਿਉਂਕਿ ਤੁਸੀਂ ਪੜ੍ਹ ਕੇ ਐਕਸਟਰਾ ਪੁਆਇੰਟ ਲੈਂਦੇ ਹੋ ਪੀ ਆਰ ਵਾਸਤੇ ਐਂਡ ਫਾਈਨੈਂਸਿਸ ਵਾਸਤੇ। ਜਿਹੜਾ ਦੂਜਾ ਤੁਹਾਡਾ ਕਾਊਂਟਰ ਪਾਰਟ ਹੈ ਸਪਾਊਸ, ਉਹਦੀ ਜ਼ਿੰਮੇਵਾਰੀ ਹੈ ਪੈਸਾ ਐਂਡ ਇਮੋਸ਼ਨਲ ਸਪੋਰਟ ਵਿਚ ਕੈਨ ਬੀ ਅਰਨਡ ਐਨੀਵੇਅਰ ਇਨ ਆਸਟ੍ਰੇਲੀਆ। ਤੁਹਾਡਾ ਐਜ਼ ਅ ਮੇਨ ਐਪਲੀਕੈਂਟ ਰੀਜਨਲ ਏਰੀਆ 'ਚ ਹੋਣਾ ਜ਼ਰੂਰੀ ਹੈ। ਤਾਂ ਆਸਟ੍ਰੇਲੀਆ ਦੀ ਐਜੂਕੇਸ਼ਨ ਨੂੰ ਜਿੰਨਾ ਪਲਾਨ ਕਰਕੇ ਚੱਲੋਗੇ ਨਾ, ਓਨਾ ਕੁ ਤੁਹਾਡੇ ਵਾਸਤੇ ਵਧੀਆ, ਓਨਾ ਹੀ ਤੁਹਾਡਾ ਜਿਹੜਾ 2 ਸਾਲ ਤੋਂ ਬਾਅਦ ਸਟਰਗਲ ਪੀਰੀਅਡ ਹੈ ਘੱਟ ਹੁੰਦਾ ਜਾਂ ਪਹਿਲੇ ਸਾਲ ਦਾ ਸਟਰਗਲ ਪੀਰੀਅਡ ਨਲੀਫਾਈ ਹੋ ਜਾਂਦਾ। ਆਪਣੇ ਆਪ ਨੂੰ ਐਜੂਕੇਟ ਕਰੋ ਆਸਟ੍ਰੇਲੀਆ ਦੇ ਸਟੱਡੀ ਪਲਾਨ ਵਾਸਤੇ, ਜੀ ਟੀਜ਼ ਵਾਸਤੇ, ਐਂਟਰੀ ਕ੍ਰਾਈਟੀਰੀਆ ਵਾਸਤੇ, ਪਲੱਸ ਕਰੀਅਰ ਆਊਟਕਮ ਵਾਸਤੇ। ਥੈਂਕ ਯੂ।